ਤੇ ਆਪਣੇ ਅਰਜਨ ਤੇ ਬੰਪਰ ਲਾਉਨੇ ਆਪਾਂ, ਠੀਕ ਹੈ। ਵੈਸੇ ਤੈਨੂੰ ਅਸੈਂਬਲ ਕਰਨ 'ਚ ਜ਼ਿਆਦਾ ਟਾਈਮ ਨਹੀਂ ਲੱਗਣਾ, ਇਹਦੋਂ ਬਾਅਦ ਉੱਤੇ ਲਾਈਟਾਂ 'ਚ ਟਾਈਮ ਲੱਗੂਗਾ। ਤੇ ਲਓ ਵੀ ਬੰਪਰ ਦੀ ਫਿਟਿੰਗ ਹੋ ਚੁੱਕੀ ਹੈ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੇ ਲਓ ਵੀ ਸਵਾਗਤ ਹੈ ਜੀ ਨਵੇਂ ਵਲੌਗ ਦੇ ਵਿੱਚ। ਤੇ ਇੱਥੇ ਕੱਲ੍ਹ ਵਾਲੀ ਵੀਡੀਓ ਮੈਂ ਐਡਿਟ ਕਰਨ ਦਿਆ ਸੀ, ਹਜੇ ਅਪਲੋਡ ਨਹੀਂ ਕੀਤੀ, ਪਰ ਮੈਂ ਛੇਤੀ ਛੇਤੀ ਰੈਂਡਰ ਕਰਦਾ ਵਾਂ ਤੇ ਅਪਲੋਡ ਕਰਦੇ ਹਾਂ, ਕਰਕੇ ਫਿਰ ਚੱਕਦੇ ਹਾਂ ਸਮਾਨ। ਆ ਵੇਖੋ ਖਿਲ ਰਿਹਾ ਪਿਆ, ਵੈਸੇ ਤਾਂ ਬਾਹਰ ਠੰਡੀ ਹਵਾ ਵਗਣ ਦੀ ਹੈ। ਤੇ ਵੀਡੀਓ ਅਪਲੋਡ ਕਰਨੀ ਲਾਤੀ ਹੈ ਮੈਂ, ਲਗਭਗ 20 ਮਿੰਟ ਲੱਗਣਗੇ ਅਪਲੋਡ ਹੋਣ 'ਚ, ਠੀਕ ਹੈ। ਤੇ ਫਿਲਹਾਲ ਇੱਥੇ ਮੈਂ ਖਿੱਚਣ ਦਿਆ ਸੀਗਾ ਥੰਬਨੇਲ, ਤੇ ਫੋਟੋ ਖਿੱਚ ਲਈ ਆਪਾਂ। ਤੇ ਅੱਜ ਦਾ ਪਲਾਨ ਆਪਣਾ ਕੁਛ ਇੱਦਾਂ ਦਾ ਕਿ ਜੌਂਡੀਅਰ ਦੇ ਤਾਂ ਕੰਮ ਕਰਨਾ ਹੀ ਹੈ ਮਾੜਾ ਮੋਟਾ ਜਿੰਨਾ ਕੁ ਵੀ ਹੋਊਗਾ, ਠੀਕ ਹੈ। ਤੇ ਉਸ ਤੋਂ ਇਲਾਵਾ ਐਲਾਂ ਵਾਜ ਜਾ ਕੇ ਆਉਣਾ, ਠੀਕ ਹੈ। ਇੱਕ ਤਾਂ ਸਭ ਨਾਲ ਜ਼ਰੂਰੀ ਚੀਜ਼ ਹੈ ਕਿ ਟਰਾਈ ਕਰਾਂਗਾ ਜੇ ਮਿਲ ਗਈ ਜੌਂਡੀਅਰ ਦਾ ਓਰੀਜਨਲ ਰੰਗ, ਠੀਕ ਹੈ, ਇਹਦੀ ਛਤਰੀ ਨੂੰ ਕਰਨ ਵਾਸਤੇ। ਅਤੇ ਉਸ ਤੋਂ ਇਲਾਵਾ ਜਿਹੜੇ ਇਹਦੇ ਰਿੰਮ ਨੇ ਉਹਨਾਂ ਦਾ ਵੀ ਓਰੀਜਨਲ ਰੰਗ ਮਿਲ ਜਾਏ ਜੇ ਏਜੰਸੀ 'ਚੋਂ, ਆਪਾਂ ਉੱਥੋਂ ਪਤਾ ਕਰਾਂਗੇ। ਅਤੇ ਉਸ ਤੋਂ ਇਲਾਵਾ ਹੋਲੈਂਡ ਦਾ ਵੀ ਓਰੀਜਨਲ ਰੰਗ ਆਪਾਂ ਨੂੰ ਚਾਹੀਦਾ ਅੱਗੇ ਆਉਣ ਵਾਲੇ ਪ੍ਰੋਜੈਕਟ ਵਾਸਤੇ। ਤੇ ਇਹ ਇੱਕ ਦੋ ਮੇਨ ਚੀਜ਼ਾਂ ਨੇ, ਉਸ ਤੋਂ ਇਲਾਵਾ ਹੋਰ ਨਿੱਕੇ ਮੋਟੇ ਕੰਮ ਨੇ ਆਪਣੇ ਅਰਜਨ ਵਾਸਤੇ ਵੀ। ਥੋੜ੍ਹੀ ਜਿਹੀ ਅਸੈਸਰੀ ਵੇਖਾਂਗਾ ਜੇ ਵਧੀਆ ਮੈਨੂੰ ਲੱਗੀ ਤੇ ਉਹ ਵੀ ਆਪਾਂ ਲੈ ਕੇ ਆਵਾਂਗੇ, ਤੇ ਅਰਜਨ ਤੇ ਵੀ ਮਾੜੀ ਮੋਟੀ ਫਿਟਿੰਗ ਕਰਾਂਗੇ ਹੋਰ, ਠੀਕ ਹੈ। ਤੇ ਇਹ ਇੱਕ ਦੋ ਪਲਾਨ ਨੇ, ਜਾਵਾਂਗੇ ਆਪਾਂ ਸ਼ਾਮ ਜੀ ਨੂੰ ਹੀ, ਠੀਕ ਹੈ, ਠੰਡੇ ਹੋਏ, ਕਿਉਂਕਿ ਹੁਣ ਇੰਨੀ ਛੇਤੀ ਜਾਣ ਦਾ ਫਾਇਦਾ ਨਹੀਂ ਗਾ। ਹੁਣ ਕੰਮ ਕਰਦੇ ਹਾਂ ਇੱਥੇ, ਥੱਲੇ ਵੀ ਕੰਮ ਨੇ, ਠੀਕ ਹੈ, ਫ੍ਰੀ ਹੋ ਕੇ ਸ਼ਾਮ ਨੂੰ, ਠੀਕ ਹੈ, ਸਾਰੇ ਕੰਮ ਨਿਬੇੜ ਕੇ ਉਦੋਂ ਬਾਅਦ ਫਿਰ ਚੱਲਾਂਗੇ ਆਪਾਂ ਐਲਾਂ ਬਾਅਦ। ਨਾਲੇ ਮੈਨੂੰ ਲੱਗਦਾ 2-3 ਹਫ਼ਤੇ ਹੋ ਗਿਆ ਬੁਲਟ ਵੀ ਨਹੀਂ ਚਲਾਇਆ, ਤੇ ਉਹਨੂੰ ਵੀ ਚਲਾਉਂਦੇ ਹਾਂ, ਉਹਨੂੰ ਵੀ ਕੱਢਦੇ ਹਾਂ ਬਾਹਰ, ਠੀਕ ਹੈ ਜੀ। ਤੇ ਆਹ ਪਲੈਨ ਨੇ ਆਪਣੇ ਅੱਜ ਦੇ, ਤੇ ਫਿਲਹਾਲ ਚਲੋ ਮੈਂ ਵਲੌਗ ਅਪਲੋਡ ਕਰ ਲੈਣਾ, ਉਸ ਤੋਂ ਬਾਅਦ ਮਿਲਦਾ। A few moments later. ਤੇ ਲਓ ਵੀ ਆਪਾਂ ਗਏ ਵਾਪਸ ਮੌਕੇ ਦੇ, ਟਾਈਮ 11 ਵਜੇ ਨੇ। ਤੇ ਕੱਲ੍ਹ ਵਾਲੀ ਵੀਡੀਓ 'ਚ ਆਪਾਂ ਪੁੱਛਿਆ ਸੀਗਾ ਕਿ ਜਿਹੜੀ ਲਾਈਟ ਲਾਉਣੀ ਹੈ ਉਹ ਆਪਾਂ ਛਤਰੀ 'ਤੇ ਲਾਈਏ ਕਿ ਬੰਪਰ 'ਤੇ ਲਾਈਏ, ਠੀਕ ਹੈ। ਤੇ ਮੌਕੇ 'ਤੇ 11 ਦਾ ਟਾਈਮ ਹੈ, ਤੇ ਹੁਣੇ ਰਿਜ਼ਲਟ ਦਾ ਪਤਾ ਲੱਗ ਹੀ ਗਿਆ। ਮੇਨਲੀ ਜਿੰਨੇ ਵੀ ਕਮੈਂਟ ਨੇ ਸਾਰੇ ਨੇ ਬੰਪਰ ਦੇ, ਠੀਕ ਹੈ, 2-3 ਵੀਰਾਂ ਦੇ ਕਮੈਂਟ ਨੇ ਛਤਰੀ ਵਾਲੇ ਵੀ, ਪਰ ਜ਼ਿਆਦਾ ਜਿਹੜੇ ਆ ਉਹ ਬੰਪਰ ਦੇ ਆਏ ਨੇ ਕਮੈਂਟ, ਠੀਕ ਹੈ। ਤੇ ਹੁਣ ਆਪਾਂ ਕੰਮ ਸਟਾਰਟ ਕਰਨਾ ਇਹਦੇ ਬੰਪਰ 'ਤੇ, ਠੀਕ ਹੈ, ਇਹਦਾ ਬੰਪਰ ਪ੍ਰਿੰਟ ਕਰਦੇ ਹਾਂ ਪਹਿਲਾਂ, ਤੇ ਉਸ ਤੋਂ ਬਾਅਦ ਫਿਰ ਉਹਦੇ 'ਤੇ ਲਾਈਟ ਲਾਵਾਂਗੇ। ਆ ਇੰਨਾ ਸਾਈਜ਼ ਸਿਲੈਕਟ ਕੀਤਾ ਮੈਂ, ਠੀਕ ਹੈ, ਸਾਈਜ਼ ਵੀ ਵਿਖਾ ਦੇਣਾ, ਆ ਵੇਖੋ 55-30-8, ਠੀਕ ਹੈ, ਲੰਬਾਈ 55 mm, ਚੌੜਾਈ ਜਿਹੜੀ ਹੈ ਉਹ 30 mm ਹੈ, ਅਤੇ ਇਹਦੀ ਉਚਾਈ ਜਿਹੜੀ ਰੱਖੀ ਹੈ ਉਹ 8 mm ਰੱਖੀ ਆਪਾਂ, ਠੀਕ ਹੈ। ਅਤੇ ਇਹਨੂੰ ਪ੍ਰਿੰਟ ਕਰਦੇ ਹਾਂ, ਠੀਕ ਹੈ, ਇਹਦਾ ਮੇਨ ਹਿੱਸਾ ਹੋ ਗਿਆ। ਇਸ ਤੋਂ ਬਾਅਦ ਜਿਹੜਾ ਫਰੰਟ 'ਤੇ ਪਲੇਟ ਲੱਗਦੀ ਹੈ ਉਹ ਵੀ ਮੈਂ ਵੇਖ ਲੈਣਾ ਸਾਈਜ਼ ਉਹਦਾ। ਅਤੇ ਉਸ ਤੋਂ ਪਹਿਲਾਂ ਆਪਾਂ ਨੂੰ ਪ੍ਰਿੰਟਰ ਸਾਫ਼ ਕਰਨਾ ਪਊਗਾ, ਕਿਉਂਕਿ ਆਪਾਂ ਇਹਦੇ 'ਤੇ ਮਿਊਜ਼ਿਕ ਸਿਸਟਮ ਪ੍ਰਿੰਟ ਕੀਤਾ ਸੀਗਾ ਆਪਣੇ ਜੌਂਡੀਅਰ ਦਾ, ਅਤੇ ਉਦੋਂ ਯੂਜ਼ ਕੀਤਾ ਸੀ ਫਲੈਕਸੀਬਲ ਫਿਲਾਮੈਂਟ, ਠੀਕ ਹੈ। ਵੇਖੋ ਆ ਮੌਕੇ 'ਤੇ ਜਿਹੜਾ ਇਹਦੇ ਫਿਲਾਮੈਂਟ ਹੈ ਫਲੈਕਸੀਬਲ ਹੈ, ਕਿਉਂਕਿ ਇਹਦਾ ਜਿਹੜਾ ਉਤਲਾ ਢੱਕਣਾ ਵਾ ਬਣਾਇਆ ਸੀਗਾ ਆਹ ਜਿਹੜਾ ਆ, ਠੀਕ ਹੈ, ਇਹ ਫਲੈਕਸੀਬਲ ਫਿਲਾਮੈਂਟ ਦਾ ਬਣਿਆ ਹੋਇਆ। ਜੇ ਆਪਾਂ ਇਹਨੂੰ PLA ਨਾਲ ਬਣਾਉਂਦੇ ਨਾ ਫਿਰ ਇਹਦੀ ਫਿਟਿੰਗ ਨਹੀਂ ਆਉਂਦੀ ਸਹੀ ਇਹਦੇ ਵਿੱਚ। ਜੇ ਆਪਾਂ ਫਲੈਕਸੀਬਲ ਨਾਲ ਪ੍ਰਿੰਟ ਕਰਤਾ ਤਾਂ ਉਹ ਫਿਰ ਰਬੜ ਟਾਈਪ ਹੁੰਦਾ, ਉੱਤੇ ਵਧੀਆ ਕਵਰ ਕਰ ਲੈਂਦਾ ਉਹਨੂੰ। ਉਦੋਂ ਦਾ ਫਿਲਾਮੈਂਟ ਇਹਦੇ 'ਚ ਫਲੈਕਸੀਬਲ ਹੀ ਹੈ, ਅਤੇ ਫਿਲਾਮੈਂਟ ਵੀ ਚੇਂਜ ਕਰਦੇ ਹਾਂ ਆਪਾਂ, PLA ਪਾਉਂਦੇ ਹਾਂ ਆ ਪਿਆ, ਬਲੈਕ ਹੀ ਪ੍ਰਿੰਟ ਕਰਨਾ। ਲਓ ਵੀ ਫਾਈਲ ਕਰਤੀ ਆਪਾਂ ਕਾਪੀ ਆਪਣੇ ਪ੍ਰਿੰਟਰ 'ਚ, ਠੀਕ ਹੈ, ਆ B1 ਪ੍ਰਿੰਟ ਕਰਦੇ ਹਾਂ ਆਪਾਂ। ਜਦੋਂ ਨੋਜ਼ਲ ਗਰਮ ਹੋਊਗੀ ਉਦੋਂ ਆਪਾਂ ਫਿਲਾਮੈਂਟ ਵਿੱਚੋਂ ਕੱਢਾਂਗੇ, ਠੀਕ ਹੈ, ਅਤੇ ਜਿਹੜਾ ਬਲੈਕ PLA ਆ, ਠੀਕ ਹੈ, ਪੱਕੀ ਪਲਾਸਟਿਕ ਹੈ ਜਿਹੜੀ ਆ ਜਿਹੜੀ, ਠੀਕ ਹੈ, ਇਹ ਫਿਲਾਮੈਂਟ ਆਪਾਂ ਪਾਵਾਂਗੇ ਉੱਤੋਂ ਇੱਥੋਂ। ਅਤੇ ਲਓ ਵੀ ਫਿਲਾਮੈਂਟ ਚੇਂਜ ਕਰਤਾ ਆਪਾਂ, ਅਤੇ ਐਕਸਟਰਾ ਜਿਹੜਾ ਫਲੈਕਸੀਬਲ ਫਿਲਾਮੈਂਟ ਸੀ ਉਹ ਸਾਰਾ ਮੈਂ ਪ੍ਰੈਸ ਕਰਕੇ ਥੱਲੋਂ ਕੱਢਦਾ ਆ ਰਿਹਾ, ਠੀਕ ਹੈ। ਹੁਣ PLA ਪੈ ਚੁੱਕਿਆ, ਅਤੇ ਬਸ ਹੁਣ ਪ੍ਰਿੰਟਰ ਆਪਦਾ ਕੰਮ ਕਰੂਗਾ ਅਤੇ ਪ੍ਰਿੰਟ ਕਰੂਗਾ ਬੰਪਰ, ਠੀਕ ਹੈ, ਆਪਣੇ ਜੌਂਡੀਅਰ ਦਾ। ਬਸ ਵੇਖੋ 200 ਡਿਗਰੀ ਹੋ ਗਿਆ, 200 ਨਹੀਂ ਹੋਇਆ, ਚਲ 2 ਡਿਗਰੀ ਉੱਤੇ ਥੱਲੇ ਚੱਲਦਾ, ਪ੍ਰਿੰਟਰ ਆਪਣਾ ਚੱਲ ਚੁੱਕਿਆ। ਥੋੜ੍ਹਾ ਜਿਹਾ ਬੈੱਡ ਸੈੱਟ ਕਰਨਾ ਪਊਗਾ ਨਾਲ ਨਾਲ ਮੈਨੂੰ, ਅਤੇ ਬੈੱਡ ਸੈੱਟ ਕਰਕੇ ਬਸ ਉਦੋਂ ਬਾਅਦ ਫਿਰ ਆਪਾਂ ਨੂੰ 15-20 ਮਿੰਟ ਵੇਖਣ ਦੀ ਲੋੜ ਨਹੀਂ। ਚਲੋ ਜੀ ਮਿਲਦਾ ਤੁਹਾਨੂੰ ਮੈਂ ਇੱਕ ਪਾਰਟ ਪ੍ਰਿੰਟ ਕਰਕੇ, ਠੀਕ ਹੈ। A few moments later. ਤੇ ਲਓ ਜੀ ਬੰਪਰ ਦਾ ਫਸਟ ਪਾਰਟ ਪ੍ਰਿੰਟ ਹੋ ਚੁੱਕਿਆ, ਅਤੇ ਇਹਨੂੰ ਲਾ ਕੇ ਵੇਖਣਾ ਮੈਂ ਜੌਂਡੀਅਰ 'ਤੇ। ਜੇ ਤਾਂ ਸਾਈਜ਼ ਬਿਲਕੁਲ ਸਹੀ ਹੋਇਆ ਤਾਂ ਆਪਾਂ ਇਹੀ ਫਿੱਟ ਕਰ ਦਾਂਗੇ, ਨਹੀਂ ਤਾਂ ਆਪਾਂ ਦੁਬਾਰੇ ਥੋੜ੍ਹਾ ਜਿਹਾ ਸਾਈਜ਼ ਵਧਾ ਕੇ ਜਾਂ ਘਟਾ ਕੇ ਜੋ ਵੀ ਚੇਂਜਸ ਕਰਨੇ ਹੋਏ ਕਰਕੇ ਆਪਾਂ ਦੁਬਾਰੇ ਪ੍ਰਿੰਟ ਕਰ ਲਾਂਗੇ ਇਹਨੂੰ, ਠੀਕ ਹੈ।
ਆ ਫਸਟ ਪਾਰਟ ਪ੍ਰਿੰਟ ਹੋ ਗਿਆ, ਸੈਕਿੰਡ ਮੈਂ ਪ੍ਰਿੰਟ ਕਰਨ ਰਾਤ ਹੈ ਦੁਬਾਰੇ, ਅਤੇ ਉਹ ਵੀ ਛੇਤੀ ਹੋ ਜਾਂਦਾ ਪ੍ਰਿੰਟ। ਠੀਕ ਆ, ਉਦੋਂ ਬਾਅਦ ਫਿਰ ਕੈਮਰਾ ਕੱਢ ਕੇ ਅਤੇ ਇਹਦੇ 'ਤੇ ਕੰਮ ਸਟਾਰਟ ਕਰਾਂਗੇ ਆਪਾਂ। ਠੀਕ ਆ, ਥੋੜ੍ਹਾ ਜਿਹਾ ਰੁਕ ਕੇ ਕਰਾਂ ਕਿਉਂਕਿ ਮੈਂ ਐਡੀਟਿੰਗ ਉਡੀਟਿੰਗ ਕਰਨੀ ਹੈ ਅਜੇ, ਥੋੜ੍ਹੀਆਂ ਹੋਰ ਵੀਡੀਓ, ਉਸ ਤੋਂ ਇਲਾਵਾ ਕੰਪਿਊਟਰ 'ਤੇ ਵੀ ਥੋੜ੍ਹਾ ਕੰਮ ਹੈ ਮੈਨੂੰ, ਉਹ ਕਰਕੇ ਫ੍ਰੀ ਹੋ ਕੇ ਉਦੋਂ ਬਾਅਦ ਫਿਰ ਆਪਾਂ ਜੌਨ ਡੀਅਰ 'ਤੇ ਲਾਉਂਦੇ ਹਾਂ ਬੰਪਰ। ਠੀਕ ਆ, ਵੈਸੇ ਤਾਂ ਆਪਾਂ ਇੱਕ ਹੀ ਪ੍ਰਿੰਟ ਕਰਨਾ ਸੀਗਾ ਬੰਪਰ, ਪਰ ਆਪਾਂ ਨੂੰ ਦੋ ਐਕਸਟਰਾ ਹੋਰ ਪ੍ਰਿੰਟ ਕਰਨੇ ਪਏ, ਕਿਉਂਕਿ ਆਹ ਬੰਪਰ ਸੀ ਫਸਟ ਜਿਹੜਾ ਆਪਾਂ ਪ੍ਰਿੰਟ ਕੀਤਾ ਸੀ ਸਾਹਮਣੋਂ ਪਹਿਲਾਂ। ਠੀਕ ਹੈ, ਅਤੇ ਇਹ ਬਹੁਤ ਜ਼ਿਆਦਾ ਪਤਲਾ ਸੀ, ਵੇਖੋ ਤੁਸੀਂ ਆਪ ਹਿਸਾਬ ਲਾਓ ਕਿੰਨਾ ਕੁ ਪਤਲਾ ਹੋਊਗਾ ਇਹ, ਯਾਨੀ ਕਿ ਮਜ਼ਬੂਤ ਨਹੀਂ ਸੀ ਬਿਲਕੁਲ ਹੀ, ਵੇਖੋ ਬੈਂਡ ਹੋਈ ਜਾਂਦਾ ਹਾਂਜੀ। ਅਤੇ ਉਸ ਤੋਂ ਬਾਅਦ ਹਾਂ ਆਹ ਪ੍ਰਿੰਟ ਕੀਤਾ ਮੈਂ। ਠੀਕ ਹੈ, ਅਤੇ ਇਹਨੂੰ ਨਾ ਮੈਂ ਗਰਮ ਗਰਮ ਹੀ ਪੱਟਤਾ, ਯਾਨੀ ਕਿ ਹਜੇ ਬੈੱਡ ਠੰਡਾ ਨਹੀਂ ਸੀ ਹੋਇਆ, ਵੀ ਬੈੱਡ ਗਰਮ ਹੀ ਸੀਗਾ, ਅਤੇ ਉਹਨੂੰ ਨਾਲ ਦੀ ਨਾਲ ਹੀ ਪੱਟਤਾ ਮੈਂ, ਉਹ ਸਾਰੀ ਸ਼ੇਪ ਹੀ ਖਰਾਬ ਹੋ ਗਈ ਜਾਂਦੀ ਆ ਵੇਖੋ। ਠੀਕ ਹੈ, ਅਤੇ ਇਹ ਵੀ ਫਿਰ ਕੈਂਸਲ ਕਰਨਾ ਪਿਆ। ਉਸ ਤੋਂ ਬਾਅਦ ਫਾਈਨਲ ਆਹ ਪ੍ਰਿੰਟ ਕੀਤਾ ਮੈਂ, ਪ੍ਰਿੰਟ ਹੋਣ ਤੋਂ ਬਾਅਦ ਫਿਰ ਬੈੱਡ ਥੋੜ੍ਹਾ ਠੰਡਾ ਹੋਣ ਦਿੱਤਾ, ਅਤੇ ਆਹ ਗੁੱਠ ਇਹਦੀ ਵੀ ਖਰਾਬ ਹੋ ਗਈ ਥੋੜ੍ਹੀ ਜਿਹੀ, ਵੀ ਜਿੱਦਾਂ ਪੱਟੀ ਗਈ ਸੀ ਬੈੱਡ ਤੋਂ, ਬਾਕੀ ਇੰਨਾ ਕੁ ਚੱਲਦਾ ਕੋਈ ਚੱਕਰ ਨਹੀਂ ਆ। ਮੌਕੇ 'ਤੇ ਆਪਣਾ ਬੰਪਰ ਜਿਹੜਾ ਪ੍ਰਿੰਟ ਹੋ ਚੁੱਕਿਆ, ਆਹ ਦੋ ਤਾਂ ਐਵੇਂ ਹੀ ਐਕਸਟਰਾ ਹੁਣ ਇਹਨਾਂ ਨੂੰ ਪਾਸੇ ਕਰ ਦੇਣੇ ਆ, ਅਤੇ ਆਹ ਇੱਦਾਂ ਲੱਗੂਗਾ ਇਹਦੇ ਅੱਗੇ। ਠੀਕ ਹੈ, ਵੈਸੇ ਤਾਂ ਇਹਨੂੰ ਅਸੈਂਬਲ ਕਰਨ 'ਚ ਜ਼ਿਆਦਾ ਟਾਈਮ ਨਹੀਂ ਲੱਗਣਾ, ਇਹਦੋਂ ਬਾਅਦ ਉੱਤੇ ਲਾਈਟਾਂ 'ਚ ਟਾਈਮ ਲੱਗੂਗਾ, ਅਤੇ ਆਹ ਚੀਜ਼ ਨਾ ਮੈਨੂੰ ਥੋੜ੍ਹੀ ਜਿਹੀ ਚੌੜੀ ਘੱਟ ਲੱਗਣ ਦੀ ਹੈ ਵੇਖਣ 'ਚ, ਮੈਂ ਪਲੈਨ ਕਰਨ ਦਿਆਂ ਇਹਨੂੰ ਨਾ ਥੋੜ੍ਹਾ ਚੌੜਾ ਹੋਰ ਪ੍ਰਿੰਟ ਕਰਾਂ ਦੁਬਾਰੇ, ਯਾਨੀ ਕਿ ਥੋੜ੍ਹਾ ਚੌੜਾ ਘੱਟ ਹੈ, ਕਿਉਂਕਿ ਇਹਦੇ ਉੱਤੇ ਦੋ ਵੱਡੀਆਂ ਵੱਡੀਆਂ ਲਾਈਟਾਂ ਲੱਗਣੀਆਂ ਨੇ, ਅਤੇ ਜੇ ਆਪਾਂ ਜ਼ਿਆਦੀਆਂ ਵੱਡੀਆਂ ਬਣਾਤੀਆਂ ਲਾਈਟਾਂ ਤਾਂ ਉਹ ਕਲੋਜ਼ ਬਹੁਤ ਹੋ ਜਾਣੀਆਂ, ਅਤੇ ਦੂਰ ਦੂਰ ਰੱਖਣ ਵਾਸਤੇ ਇਹਨੂੰ ਵੀ ਦੁਬਾਰੇ ਪ੍ਰਿੰਟ ਕਰਾਂਗੇ ਆਪਾਂ। ਠੀਕ ਹੈ, ਪਰ ਕਰਾਂਗੇ ਰਾਤ ਨੂੰ ਹੁਣ, ਅਤੇ ਫਿਲਹਾਲ ਹੁਣ ਆਪਾਂ ਐਲਾਂ ਬਾਅਦ ਜਾ ਕੇ ਆਉਂਦੇ ਹਾਂ, ਜਿੱਦਾਂ ਮੈਂ ਤੁਹਾਨੂੰ ਸਵੇਰੇ ਦੱਸਿਆ ਸੀ ਕੰਮ ਨੇ ਇੱਕ ਦੋ, ਅਤੇ ਉਸ ਤੋਂ ਇਲਾਵਾ ਆਪਣੇ ਪ੍ਰਿੰਟ ਵਾਸਤੇ ਗਲਾਸ ਬੈੱਡ ਵੀ ਲੈ ਕੇ ਆਉਂਦੇ ਹਾਂ। ਠੀਕ ਹੈ, ਕਿਉਂਕਿ ਇਹਦੇ ਉੱਤੇ ਖਰਾਬ ਹੁੰਦੇ ਆ, ਅਤੇ ਬੈੱਡ ਚੇਂਜ ਕਰਕੇ ਬਹਿੰਦੇ ਹਾਂ ਕਿੱਦਾਂ ਦਾ ਪ੍ਰਿੰਟ ਹੁੰਦਾ ਹੈ। ਮੈਨੂੰ ਲੱਗਦਾ ਅੱਜ ਲਗਭਗ 2 ਹਫ਼ਤਿਆਂ ਬਾਅਦ ਬੁਲਟ ਦੀ ਸ਼ਕਲ ਵੇਖਣ ਲੱਗਾ ਮੈਂ, ਕਾਫੀ ਟਾਈਮ ਹੋ ਗਿਆ ਚਲਾਇਆ ਨਹੀਂ ਗਾ ਇਹਨੂੰ, ਹਾਲਤ ਵੀ ਠੀਕ ਹੀ ਹੈ, ਇਹਨੂੰ ਕੱਪੜਾ ਕੁਪੜਾ ਮਾਰਦਾ ਪਹਿਲਾਂ ਤਾਂ ਚੰਗੀ ਤਰ੍ਹਾਂ, ਅਤੇ ਸਰਸ ਵੀ ਅਜੇ ਇੱਕ ਗੇੜਾ ਲਾਉਣਾ ਹੈ ਆਖੋ, ਜਦੋਂ ਦੀ ਇਹਦੀ ਸਰਵਿਸ ਕਰਾਈ ਹੈ ਐਵੇਂ ਸੀਟ ਚਲਾਉਂਦਾ ਮੈਂ, ਇਹਦੀ ਨਵੀਂ ਸੀਟ ਲੈ ਕੇ ਆਉਣੀ ਉਹ ਨਹੀਂ ਲਿਆਂਦੀ ਗਈ ਅਜੇ ਤੱਕ, ਬਾਕੀ ਚਲੋ ਕੱਪੜਾ ਕੁਪੜਾ ਮਾਰਦੇ ਹਾਂ ਚੈੱਕ ਕਰਦੇ ਹਾਂ ਆਵਾਜ਼ ਇਹਦੀ, ਕਿਉਂਕਿ ਆਪਦੇ ਮੂਡ ਦੇ ਹਿਸਾਬ ਨਾਲ ਆਵਾਜ਼ ਬਦਲਦਾ ਹੀ ਰਹਿੰਦਾ ਆਪਦੀ, ਚੱਲਦੇ ਹਾਂ ਪਹਿਲਾਂ ਬਾਅਦ। ਪਹੁੰਚ ਕੇ ਬਾਜ਼ਾਰ ਚੱਲਦੇ ਹਾਂ, ਸਮਾਨ ਹੌਲੀ ਹੌਲੀ ਇਕੱਠਾ ਕਰਨਾ ਆ, ਆਹ ਅਸੈਸਰੀ ਆਪਾਂ ਲਈ ਆਪਣੇ ਅਰਜਨ ਵਾਸਤੇ, ਘਰੇ ਚੱਲ ਕੇ ਦੱਸਦਾ ਡਿਟੇਲ 'ਚ ਤੁਹਾਨੂੰ, ਅਤੇ ਫਿਲਹਾਲ ਚੱਲੀਏ ਆਪਾਂ। ਪ੍ਰਿੰਟਰ ਦਾ ਗਲਾਸ ਬੈੱਡ ਇਹਨੂੰ ਕਵਰ ਕਰ ਦਿਓ ਅਖਬਾਰ ਨਾਲ, ਜੇ ਨਾਜ਼ੁਕ ਜਿਹਾ ਹੀ ਬੜਾ ਹੈ, ਮੈਨੂੰ ਇਹ ਜਾਂਦਾ ਜਾਂਦਾ ਹੀ ਨਾ ਟੁੱਟ ਜੇ, ਕਵਰ ਕਰਕੇ ਬੈਗ 'ਚ ਪਾ ਲਾਂਗੇ ਇਹਨੂੰ। 2000 years later. ਲੋ ਵੀ ਘਰੇ ਵਾਪਸ ਪਹੁੰਚ ਚੁੱਕੇ ਆਪਾਂ, ਅਤੇ ਆਹ ਲਿਫਾਫੇ ਦੇ ਵਿੱਚ ਆ ਗਲਾਸ ਜਿਹੜਾ ਆਪਾਂ ਆਪਣੇ ਪ੍ਰਿੰਟਰ ਲਈ ਲਿਆ ਹੈ, ਅਤੇ ਇਹਨੂੰ ਅਸੈਂਬਲ ਕਰਾਂਗੇ ਹੁਣੇ ਕੁ, ਵਿਹਨੇ ਹਾਂ ਹੁਣੇ ਕਰਾਂਗੇ ਨਹੀਂ ਤਾਂ ਸਵੇਰੇ ਕਰ ਲਾਂਗੇ, ਅਤੇ ਆਹ ਮੈਂ 2 ਲੈ ਕੇ ਆਇਆ ਸੀ ਆਪਣੇ ਅਰਜਨ ਵਾਸਤੇ, ਅਤੇ ਇਹ ਸਵੇਰੇ ਆਪਾਂ ਫਿੱਟ ਕਰਾਂਗੇ, ਉਦੋਂ ਤੁਹਾਨੂੰ ਮੈਂ ਵਿਖਾਊਂਗਾ ਕਿੱਥੇ ਲੱਗਦੀਆਂ ਨੇ। ਅਤੇ ਉਸ ਤੋਂ ਇਲਾਵਾ ਇਹਦੇ ਵਿੱਚ ਹੈ ਸਪਰੇ ਪੇਂਟ ਇੱਕ, ਅਤੇ ਓਰੀਜਨਲ ਸਪਰੇ ਪੇਂਟ ਨਾ ਇਹਦਾ ਮਿਲਿਆ ਨਹੀਂ ਮੈਨੂੰ, ਅਤੇ ਉਹ ਮੈਂ ਕਿਹਾ ਹੋਇਆ ਉਹਨਾਂ ਨੂੰ ਉਹ ਮੰਗਾ ਦੇਣਗੇ ਛੇਤੀ, ਅਤੇ ਇੱਕ ਵਾਰੀ ਮੈਂ ਆਹ ਲੈ ਆਇਆ, ਮੈਂ ਕਿਹਾ ਚੱਲ ਇਹ ਪੇਂਟ ਕਰਕੇ ਵੇਹਨੇ ਹਾਂ ਕਿੰਨਾ ਕੁ ਫਰਕ ਹੈ ਇਹਦਾ, ਵੀ ਜੇ ਸੇਮ ਟੂ ਸੇਮ ਹੀ ਹੋਇਆ ਤਾਂ ਆਪਾਂ ਇਹੀ ਪੇਂਟ ਕਰ ਦਾਂਗੇ ਜੌਨ ਡੀਅਰ 'ਤੇ, ਅਤੇ ਨਹੀਂ ਤਾਂ ਫਿਰ ਓਰੀਜਨਲ ਤਾਂ ਮੰਗਾਉਣਾ ਹੀ ਹੈ, ਅਤੇ ਓਰੀਜਨਲ ਬਾਅਦ 'ਚੋਂ ਆਊਗਾ। ਅਤੇ ਉਸ ਤੋਂ ਇਲਾਵਾ ਇੱਕ ਹੋਰ ਚੀਜ਼ ਹੈ, ਹਾਂ ਆ ਰਹੀ, ਅਤੇ ਆਹ ਜਗਾੜ ਹੈ ਆਪਣੇ ਆ ਲਾਈਟਾਂ ਵਾਸਤੇ। ਠੀਕ ਹੈ, ਯੂਜ਼ ਕਰਕੇ ਵੇਖਾਂਗੇ, ਸਵੇਰੇ ਜਗਾੜ ਲਾਉਂਦੇ ਹਾਂ, ਉਦੋਂ ਬਾਅਦ ਫਿਰ ਵੇਖਾਂਗੇ ਜੇ ਵਰਕ ਕਰ ਗਿਆ ਤਾਂ ਟਰੈਕਟਰ 'ਤੇ ਵੀ ਲਾਵਾਂਗੇ ਆਪਾਂ। ਠੀਕ ਹੈ, ਆਹ ਜਗਾੜ ਹੈ 120 ਰੁਪਈਆਂ ਦਾ। ਠੀਕ ਹੈ, ਇਹ ਕੱਲ੍ਹ ਵਾਲੇ ਵਲੋਗ 'ਚ ਆਪਾਂ ਇਹਦੇ ਨਾਲ ਪੰਗੇ ਲੈਣੇ ਆ, ਅਤੇ
मेनली बस आई समान लै गया, ठीक है, तो एक दो चीजा होर भी सू मिलियां ने मैनू, तो आ जाए कुछ टाइम तक। फिलहाल इधरली साइड मैं प्रिंट कर दिया बंपर अपने जोंडियर का दुबारे, जिदा पहला मैं तुम्हें दसिया कि आ चीज़ मैनू छोटी लगन दी सी आ जड़ी, तो इस करके हूँ मैं इनकी थोड़ी लंबाई वधाती है। पहला 50 mm सी, हूँ इनू 65 mm करता है, ठीक है, फ्रंट बंपर का। तो इतने प्रिंट होंगे जे आखो तो 23 मिनट लगने, तो छेती छेती प्रिंट हो जाता, उस बाद मैं कढ़दा कैमरा तो अपने अर्जन से बंपर लाने आप, ठीक है, छेती छेती काम नबेड़ा मैं, नहीं तो ब्लॉग फिर बोल लम्मा हो जाना। तो चलो मैं तुम्हें हूँ बंपर सारा तैयार करके उस तो बाद ही मिलदा, ठीक है। 2000 years later. ते लो जी मित्रों, फाइनली अपने ट्रैक्टर ते बंपर लग चुके हैं, पर ब्लर है हूँ फोकस। हाँ ते लो भी बंपर दी फिटिंग हो चुकी है, जिदा मैं तुहानू आख्या सीगा कि हुण फिट करके ब्लॉग कंटिन्यू करांगे आपां। ते इह काम हो गया डन, ते वैसे टाइम भी काफ़ी हो गया, हुण इस तो बाद एडिटिंग करनी है मैं, ते ज़्यादा लम्मा नहीं करते ब्लॉग आपां। उम्मीद यही है भी 2-3 दिन तक आप ट्रैक्टर पूरा कर लाँगे, ठीक है। तो बाकी इन उत्ते स्टीकर वगैरह लाउन का हजे सोचा दिया मैं, हजे इन भी अगर सब बूफर जे बनाने ने, हजे काफ़ी निकी निकी बरीकियों वाले काम बहुत ने अजे इन्हें। तो लो जी अज का ब्लॉग अपना इतों तक ही वेखन लिए बहुत बहुत धन्यवाद जी सारिया का। तो जेडे भी चैनल पर नवे ने सबसक्राइब कर दौ, जिन्होंने किया हो बहुत बहुत धन्यवाद, तो मिलते हैं सवेरे नवे ब्लॉग च। ओके बाय। किस चीज़ ते चलन दी सी एडिटिंग दसो तो सही सड़क ते चलन दी सी पानी ते चलन दी सी किस चीज़ ते चलन दी सी